ਇੱਥੇ ਆ ਕੇ ਸਕੂਨ ਮਿਲਦਾ, ਇੱਥੇ ਆ ਕੇ ਬੰਦੇ ਨੂੰ ਆਪਣੀਆਂ ਜਿਹੜੀਆਂ ਅੰਦਰਲੀਆਂ ਕੋਈ ਇੱਛਾਵਾਂ ਜਾਂ ਕੋਈ ਉਹ ਸਭ ਭੁੱਲ ਜਾਂਦੀਆਂ ਨੇ। ਇੱਥੇ ਦਸ ਮਹੀਨਾ ਕੀਰਤਨ ਸੁਣਦਾ ਮੈਂ ਅੱਜ ਬਹੁਤ ਹੀ ਸ਼ਾਂਤੀਪੂਰਵਕ ਤਰੀਕੇ ਨਾਲ ਮੀਡੀਆ ਦਾ ਵੀ ਧੰਨਵਾਦ ਕਰਦਾ ਕਿ ਅੱਜ ਕੋਈ ਏਦਾਂ ਦਾ, ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਬਹੁਤ ਜ਼ਿਆਦਾ ਰਸ਼ ਹੋ ਜਾਂਦਾ, ਸੰਗਤ ਨੂੰ ਬਹੁਤ ਦਿੱਕਤ ਆਉਂਦੀ ਹੈ, ਬਜ਼ੁਰਗ ਵੀ ਆਏ ਹੁੰਦੇ ਨੇ, ਬੱਚੇ ਵੀ ਆਏ, ਸਕੂਲ ਨਾਲ ਤੁਸੀਂ ਬੜਾ ਕੰਮ ਕੀਤਾ। ਇਸ ਕਰਕੇ ਮੈਂ ਕੱਲ੍ਹ ਮੈਂ ਗੁਰਦਾਸਪੁਰ ਸੀ, ਕੱਲ੍ਹ ਸ਼ਾਮ ਨੂੰ ਤੁਸੀਂ ਵੀ ਆਪਣੇ ਕਹਿੰਦੇ ਨਹੀਂ ਲਾਲ ਬਾਜ਼ਾਰ ਤੇ ਕੱਪੜਾ ਬਾਜ਼ਾਰ ਦਾ ਅੱਜ ਵੀ ਮੈਂ ਜਾਊਂਗਾ ਪੱਟੀ, ਉਸ ਤੋਂ ਬਾਅਦ ਫਿਰ ਦੁਬਾਰਾ ਅੱਗੇ ਮਾਲਵੇ ਵੱਲ ਨੂੰ ਜਾਵਾਂਗੇ, ਫਿਰ ਦੁਬਾਰਾ ਆਵਾਂਗੇ। ਪਰਮਾਤਮਾ ਜੀ ਹੀ ਦੱਸ ਕਰਨ, ਪਰਮਾਤਮਾ ਸਤ ਬਖਸ਼ੇ, ਜੋ ਜ਼ਿੰਮੇਵਾਰੀਆਂ ਔਰ ਜਿੰਨੀ ਇੱਜ਼ਤ ਪਰਮਾਤਮਾ ਨੇ ਬਖਸ਼ੀ ਹੋਈ ਹੈ ਉਨੀ ਕਾਇਮ ਰਹੇ, ਔਰ ਸਾਡੇ ਕੋਲੋਂ ਜਾਣੇ ਅਣਜਾਣੇ ਚ ਕੋਈ ਇਹੋ ਜਿਹੀ ਧੁਨ ਨਾ ਹੋਵੇ ਜਿਹਦੇ ਨਾਲ ਤੁਸੀਂ ਕੁਛ ਕਰਦਾ ਜਿਹੜਾ ਚੁੱਲ੍ਹਾ ਉਹਦੀ ਅੱਗ ਬੁਝੇ। ਸੋ ਲੱਗੇ ਹੋਏ ਹਾਂ ਪੰਜਾਬ ਦੀਆਂ ਜਿਹੜੀਆਂ ਸਮੱਸਿਆਵਾਂ ਨੂੰ ਦੂਰ ਕਰਨ, ਕੋਈ ਅਲਾਮਤਾਂ ਨੇ ਜਿਹੜੀਆਂ ਸਭ ਦੂਰ ਹੋ ਜਾਂਦੀਆਂ, ਥੋੜਾ ਜਿਹਾ ਸੱਚੇ ਦਿਲੋਂ ਮਿਹਨਤ ਕਰਨ ਦੀ ਲੋੜ ਹੈ, ਲੋਕਾਂ ਦਾ ਸਾਥ ਮਿਲ ਰਿਹਾ ਤੇ ਬਹੁਤ ਵੱਡੇ ਲੈਵਲ ਤੇ ਬਹੁਤ ਵੱਡੇ ਪੱਧਰ ਤੇ ਜਿਹੜਾ ਪੰਜਾਬ ਦਾ ਵਿਕਾਸ ਹੋ ਰਿਹਾ, ਆਉਣ ਵਾਲੇ ਦਿਨ ਕੁਛ ਰੰਗ ਤਾਂ ਦਿਖਾਈ ਦੇਣ ਲੱਗ ਗਏ, ਚੰਗੇ ਪੰਜਾਬ ਦੇ ਕੁਛ ਰੰਗ ਆਉਣ ਵਾਲੇ ਦਿਨਾਂ ਚ ਦਿਖਾਈ ਦੇਣ ਲੱਗ ਜਾਣਗੇ। ਇਹ ਧਰਤੀ ਐਸੀ ਬਖਸ਼ਿਸ਼ ਹੈ, ਇਹ ਧਰਤੀ ਬਹੁਤ ਵਾਰੀ ਇੱਥੇ ਲੁੱਟਣ ਵੀ ਆਏ, ਇਸ ਧਰਤੀ ਨੂੰ ਲੁੱਟਣ ਵੀ ਆਏ ਆ, ਪਰ ਪੰਜਾਬ ਦੇ ਲੋਕਾਂ ਦਾ ਜਿਹੜਾ ਭਾਈਚਾਰਾ, ਜਿਹੜੀ ਸਾਂਝ ਹੈ ਭਾਈਚਾਰਾ, ਉਹ ਕਦੇ ਪੰਜਾਬ ਵਿਚ ਟੁੱਟਦੀ ਕਿਤੋਂ ਵੀ ਨਜ਼ਰ ਨਹੀਂ ਆਉਂਦੀ। ਸੋ ਇਸ ਗੱਲ ਲਈ ਮੈਨੂੰ ਮਾਣ ਵੀ ਮਹਿਸੂਸ ਕਰਦਾ ਮੈਂ ਆਪਣੇ ਉਹਨਾਂ ਸਾਰੇ 3 ਕਰੋੜ ਪੰਜਾਬੀਆਂ ਤੇ, ਅਸੀਂ ਆਪਣੀਆਂ ਸੰਗਰਾਂਦਾਂ, ਆਪਣੀਆਂ ਈਦਾਂ, ਆਪਣੀਆਂ ਰਾਮਨੌਮੀਆਂ, ਆਪਣੇ ਹਨੂਮਾਨ ਜੈਤੀਆਂ ਅਸੀਂ ਇਕੱਠੇ ਮਨਾਉਂਦੇ ਹਾਂ, ਆਪਣੇ ਗੁਰਪੁਰਬ ਅਸੀਂ ਇਕੱਠੇ ਮਨਾਉਂਦੇ ਸਾਰੇ, ਸਾਡੇ ਚ ਕੋਈ ਤਰੇੜ ਨਹੀਂ ਆ ਸਕਦੀ। ਇਹੀ ਅਰਦਾਸ ਕੀਤੀ ਕਿ ਪਰਮਾਤਮਾ ਪੰਜਾਬ ਸੁਖ ਸ਼ਾਂਤੀ ਤੇ ਭਾਈਚਾਰਾ ਸਾਥ ਬਣਾਏ। ਰਾਜਾ ਬਣੀ ਨੇ ਰਲ ਕਿਹਾ ਕਿ ਮੈਂ ਸਿਆਸਤ ਛੱਡ ਦੂੰਗਾ ਜਦੋਂ 13-0 ਵਜੇ ਹੋ ਜਾਏ। ਇਹ ਰਾਜਨੀਤਿਕ ਗੱਲ ਹੈ, ਆਪਾਂ ਇਸ ਵਕਤ ਗੁਰੂ ਜੀ ਨੇ ਕਿਹਾ ਤੰਦਰੁਸਤ ਤੰਦਰੁਸਤ ਬੱਚਾ ਔਰ ਬੱਚੇ ਪੜ੍ਹ ਲਿਖਣ, ਆਪਣੇ ਮਾਂ ਪਿਓ ਦਾ ਨਾਮ, ਆਪਣੇ ਸੂਬੇ ਦਾ ਨਾਮ ਰੋਸ਼ਨ ਕਰਨ, ਦੇਸ਼ ਦਾ ਨਾਮ ਰੋਸ਼ਨ ਕਰਨ, ਤਰੱਕੀਆਂ ਕਰਨ। ਸੋ ਇਸੇ ਕੰਮ ਲਈ ਅਸੀਂ ਵੀ ਲੱਗੇ ਹੋਏ ਹਾਂ ਕਿ ਪੰਜਾਬ ਦੇ ਨੌਜਵਾਨ ਪੀੜ੍ਹੀ ਜਿਹੜੀ ਹੈ ਉਹਨੂੰ ਇੱਥੇ ਡਿਗਰੀਆਂ ਭੇਜੀ ਨੌਕਰੀ ਮਿਲੇ। ਹਾਂ, ਜੇ ਉਹਨਾਂ ਨੂੰ ਘੁੰਮਣ ਜਾਣਾ ਸੁਰੇਸ਼ ਮਹੀਨੇ ਦੀ ਛੁੱਟੀ ਉਹ ਜਾਇਆ ਹੁਣ ਪੂਰੀ ਦੁਨੀਆਂ ਘੁੰਮਣੀ ਵੀ ਚਾਹੀਦੀ ਹੈ, ਮੈਂ ਘੁੰਮ ਕੇ ਘੁੰਮ ਪਰ ਕੰਮ ਜਿਹੜਾ ਸਾਨੂੰ ਸਾਡੀ ਧਰਤੀ ਤੇ ਮਿਲੇ, ਆਪਣੇ ਪਰਿਵਾਰ ਚ ਬਹਿ ਕੇ ਸਾਨੂੰ ਰੋਟੀ ਖਾਈਏ, ਆਪਣੇ ਆਪਣੇ ਪਰਿਵਾਰ ਚ ਬਹਿ ਕੇ ਜਿਹੜੀਆਂ ਰਿਸ਼ਤੇਦਾਰਾਂ ਚ ਰਹਿ ਕੇ ਅਸੀਂ ਆਪਣਾ ਜਿਹੜਾ ਉਹ ਬਣਾਈਏ। ਸੋ ਇਹੀ